is South Asian Media Group, Y Media. ਮਿਡਲ ਈਸਟ ਦੇ ਵਿੱਚ ਯੂਰੋਪੀਅਨ ਯੂਨੀਅਨ ਨੇ ਮੰਗ ਕੀਤੀ ਹੈਗੀ ਆ ਕਿ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਔਰ ਹਮਾਸ ਦੇ ਵਿੱਚ ਜੰਗ ਹੋ ਰਹੀ ਆ, ਉਹਦੇ 3 ਦਿਨ ਦੀ ਉੱਥੇ ਸੀਜ਼ ਫਾਇਰ ਕੀਤੀ ਜਾਵੇ ਤਾਂ ਕਿ ਜਿਹੜੀ ਪੋਲੀਓ ਦੀ ਵੈਕਸੀਨੇਸ਼ਨ ਆ ਉਹ ਉੱਥੇ ਪੂਰੀ ਕੀਤੀ ਜਾਵੇ। ਯੂਰੋਪੀਅਨ ਫੋਰਨ ਪਾਲਿਸੀ ਚੀਫ ਨੇ ਕਿਹਾ ਹੈਗਾ ਕਿ ਹਿਊਮੈਨਿਟੀ ਮੰਗ ਕਰਦੀ ਹੈਗੀ ਹੈ ਕਿ ਸਾਨੂੰ ਇਹ 3 ਦਿਨ ਦੀ ਜਿਹੜੀ ਹੈ ਸੀਜ਼ ਫਾਇਰ ਕਰਨੀ ਚਾਹੀਦੀ ਹੈ। ਪਿਛਲੇ 4 ਦਿਨਾਂ ਦੇ ਵਿੱਚ ਜੋ ਅਟੈਕਸ ਵਧੇ ਨੇ ਉਹਦੇ ਵਿੱਚ 170 ਹੋਰ ਪੈਲੇਸਟੀਨੀਅਨਸ ਦੀ ਡੈਥ ਪਿਛਲੇ 4 ਦਿਨਾਂ ਚ ਰਿਪੋਰਟ ਕੀਤੀ ਗਈ ਹੈ, ਜਿਹਦੇ ਨਾਲ ਕਿ ਲਗਭਗ 40,476 ਡੈਥ ਜਿਹੜੀਆਂ ਨੇ ਉਹ ਟੋਟਲ ਹੁਣ ਤੱਕ ਪੈਲੇਸਟੀਨੀਅਨ ਹੈਲਥ ਅਥਾਰਟੀ ਜਿਹੜੀ ਹੈ ਉਹ ਰਿਪੋਰਟ ਕਰ ਚੁੱਕੀ ਹੈ। ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।